ਪਹਿਲੀ ਵਾਰ ਕਿਸ ਤਰ੍ਹਾਂ ਮਿਲੇ ਸਨ ਸੰਤ ਅੱਤਰ ਸਿੰਘ ਮਹਾਰਾਜ ਨੂੰ? ਪਹਿਲੀ ਦਫ਼ਾ ਤਾਂ ਉਹ ਐਸਾ ਸੀ ਵੀ ਖਾਲਸਾ ਕਾਲਜ ਆਏ ਸਨ ਅਤੇ ਇਹਨਾਂ ਦੀ ਦਸ਼ਾ ਜਿਹੜੀ ਆ ਬੜੀ ਮੁਸਕਾਨੀ ਹੋ ਗਈ ਸੀ। ਡਿੱਗ ਪੈਂਦੇ ਹੁੰਦੇ ਸੀ, ਇੰਨਾ ਪ੍ਰੇਮ ਹੋ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਆ ਕੇ ਮੱਥਾ ਟੇਕ ਡਰਾ ਕਰ ਡਿੱਗ ਕਰ ਬੱਚੇ ਫਿਰ ਸੰਭਾਲਦੇ ਵੀ ਹੁਣ ਡਿੱਗਣ ਲੱਗੇ ਫੜ ਲਓ। ਅਤੇ ਉੱਥੋਂ ਫਿਰ ਇਹਨਾਂ ਨੂੰ ਪ੍ਰੇਮ ਹੋ ਗਿਆ ਵੀ ਸਾਧੂ, ਅਤੇ ਹਰਿਮੰਦਰ ਸਾਹਿਬ ਜਾਣ ਲੱਗ ਪਏ। ਅਤੇ ਬਾਬਾ ਸ਼ਾਮ ਸਿੰਘ ਜੀ ਬ੍ਰਹਮਗਿਆਨੀ ਸਨ ਅਤੇ ਇਹ ਬਾਬਾ ਸ਼ਾਮ ਸਿੰਘ ਜੀ ਕੋਲ ਗਏ ਅਤੇ ਉੱਥੇ ਜਾ ਕੇ ਮਹਾਰਾਜ ਕਹਿੰਦੇ ਮਹਾਰਾਜ ਬਖਸ਼ਿਸ਼ ਕਰੋ ਕੋਈ ਮੇਰੇ 'ਤੇ, ਅਤੇ ਇਹ ਕਿ ਨਾਮਦਾਨ ਦੱਸੋ। ਉਹਨਾਂ ਲਾਗੋਂ ਲਫਜ਼ ਕੀ ਕਿਹਾ, ਸੁਣਿਆ ਭਾਈ ਸੰਤ ਅਤੇ ਅਤਰ ਸਿੰਘ ਮਹਾਰਾਜ ਲਾਹੌਰ ਆਏ ਹੋਏ ਨੇ। ਫਿਰ ਦੂਸਰੀ ਤਾਂ ਤਿੰਨ ਦਫ਼ਾ ਉਹਨਾਂ ਨੇ ਮਾਏ ਹੋਏ ਕਿਹਾ, ਸੁਣਿਆ ਸੰਤ ਭਾਈ ਅਤਰ ਸਿੰਘ ਲਾਹੌਰ ਆਏ, ਸੁਣਿਆ ਸੰਤ ਭਾਈ ਅਤਰ ਸਿੰਘ ਲਾਹੌਰ ਆਏ। ਤਾਂ ਇੰਨਾ ਕਹਿ ਕੇ ਕਮਰੇ ਚਲੇ ਗਏ, ਇਹ ਵਾਪਸ ਆ ਗਏ, ਇਹਨਾਂ ਨੂੰ ਸਮਝ ਨਹੀਂ ਲੱਗੇ। ਇਹ ਅਗਲੇ ਦਿਨ ਫਿਰ ਗਏ ਉਹਨਾਂ ਕੋਲ, ਅਗਲੇ ਦਿਨ ਫਿਰ ਗਏ ਤਾਂ ਉਹ ਅੱਗੋਂ ਨਾ ਮੈਨੂੰ ਕਹਿੰਦੇ ਨਾ ਮੱਛਰ ਕੇ ਗੁੱਸੇ ਨਾ ਬੋਲੇ, ਨੜ ਜਾ ਤੋ ਜੋ ਤੈਨੂੰ ਦੱਸਣਾ ਸੀ ਦੱਸਤਾ, ਜਾ ਜਾ ਤੈਨੂੰ ਕੱਲ੍ਹ ਜੋ ਦੱਸਿਆ ਸੀ ਦੱਸਤਾ। ਉਹਦਾ ਮਤਲਬ ਸੀ ਕਿ ਤੇਰਾ ਸੰਜੋਗ ਸੰਤ ਅੱਤਰ ਜੀ ਮਾਰੇ ਐਸਾ। ਫਿਰ ਪ੍ਰੋਫੈਸਰ ਸਾਹਿਬ ਸਿੰਘ ਕਿਉਂਕਿ ਉਸਨੇ ਅਮਰ ਜਾਗਿਆ ਸੀ ਸੰਤ ਅੱਤਰ ਜੀ ਮਾਰੇ, ਉਹ ਲੈ ਕੇ ਗਿਆ ਸੀ ਫਿਰ ਉਹ ਪ੍ਰੋਫੈਸਰ ਮਸਿਆ। ਹਾਂ ਉਹ ਖਾਲਸਾ ਕਾਲਜ, ਉਹ ਮੇਰੇ ਨੂੰ ਸੰਤ ਅੱਤਰ ਜੀ ਮਾਰੇ ਤਾਂ ਲਾਹੌਰ ਲੈ ਗਿਆ। ਮਸਤਾਨੀ ਦੱਸਿਆ ਸੰਤ ਜੀ ਮਾਰੇ ਨੇ ਪੁੱਛੇ ਕੌਣ ਨੇ ਤੁਹਾਡੀ ਪ੍ਰਿੰਸੀਪਲ ਨੇ, ਕਹਿੰਦੇ ਭਲਾ ਲੋਕ ਆ। ਤਾਂ ਇੰਨਾ ਭਲਾ ਲੋਕ ਕਰਨ ਵਾਲੇ ਉਹ ਮਸਤਾਨੀ ਦੱਸਾ ਜ਼ਰੂਰੀ। ਫਿਰ ਉੱਥੋਂ ਅਮਰ ਸ਼ਾਹ ਅਮਰ ਸ਼ਾਹ ਕਰਨਾ ਫਿਰ ਉਹਨਾਂ ਦੇ ਹੀ ਹੋਊਗਾ। ਦੇਖ ਲਓ ਜੇ ਕੌਣ ਛੱਡਦਾ ਨੌਕਰੀ ਅੱਜ ਪ੍ਰਿੰਸੀਪਲ ਛੱਡ ਕੇ ਮਸਤਾਨੇ ਚਲੇ ਗਏ। ਇੱਕ ਬਹੁਤ ਵੱਡੀ ਇੱਕ ਤਿਆਗ ਵਿਰਾਗ ਦੀ ਨਿਸ਼ਾਨੀ ਹੁੰਦੀ। ਕਾਰਨ ਹੋ ਸਕਦਾ ਜਿਸ ਤਰ੍ਹਾਂ ਸੰਤ ਜੀ ਸੰਤ ਤੇਜਾ ਸਿੰਘ ਮਹਾਰਾਜ ਦਾ ਪਿਛਲੇ ਜਨਮਾਂ ਦੀ ਕਮਾਈ ਚੰਗੀ ਸੀ, ਪਰ ਇਸ ਜਨਮ ਵਿੱਚ ਕਾਫੀ ਪੀਰੀਅਡ ਜਵਾਨੀ ਦਾ ਉਹਨਾਂ ਨੂੰ ਮਤਲਬ ਉਹ ਇਹ ਸੀ ਉਹਨਾਂ ਨੂੰ ਇਨਵਾਇਰਮੈਂਟ ਨਹੀਂ ਮਿਲਿਆ ਫੈਮਿਲੀ ਵੱਲੋਂ, ਇਨਵਾਇਰਮੈਂਟ ਫੈਮਿਲੀ ਦਾ ਨਹੀਂ ਮਿਲਿਆ। ਉਹਨਾਂ ਨੂੰ ਕਾਨਵੈਂਟ ਸਕੂਲਾਂ 'ਚ ਪੜ੍ਹਾਇਆ ਗਿਆ, ਉਹਨਾਂ ਪਿਓ ਡਾਕਟਰ ਸੀ ਲਾਹੌਰ ਜੇਲ੍ਹ ਦਾ, ਅਮੀਰ ਆਦਮੀ ਸੀ ਉਹਦੇ ਤੋਂ, ਉਸ ਅਮੀਰੀ 'ਚ ਉਹ ਫਿਰ ਪੜ੍ਹੇ ਵੀ ਕਾਨਵੈਂਟ ਸਕੂਲਾਂ 'ਚ ਕ੍ਰਿਸਚਨ ਸਕੂਲਾਂ 'ਚ। ਮਤਲਬ ਇਨਵਾਇਰਮੈਂਟ ਦਾ ਅਗਰ ਦੇਖੋ ਇੰਨਾ ਹੁੰਦਾ ਆਦਮੀ ਦਾ ਜਿਹੜਾ।